वाह वाह गुरु वाह गुरु वाहगुरू जी का खालसा वाहगुरू जी की फतेह अज असी ਇਸ ਸੋ ਗੁਰਮੁਖੀ ਕਲਾਸ ਵਿੱਚ ਜਿਹੜੇ ਬੈਠੇ ਵੀ ਸਾਰੇ ਭੈਣਾਂ ਨੂੰ ਮੈਂ ਜੀ ਆਇਆਂ ਆਤਾ ਹਾਂ ਤੇ ਪਿਛਲੇ ਲੈਸਨ ਕੁਝ ਨਾ ਰਿਵਾਈਜ਼ ਕਰਦਾ ਹੋਇਆ ਅਗਲਾ ਵਿਸ਼ਾ ਗੁਰਬਾਣੀ ਗ੍ਰਾਮਰ ਦਾ ਆਪਦੇ ਨਾਲ ਸਾਂਝਾ ਕਰਾਂਗਾ ਗੁਰਬਾਣੀ ਪੜਨ ਦੇ ਵਿੱਚ ਪੰਜਾਬੀ ਅੱਖਰ ਪੜ੍ਹਨ ਦੇ ਵਿੱਚ ਪਾਠ ਪੜ੍ਹਨ ਦੇ ਵਿੱਚ ਜਦੋਂ ਆਪਦੀ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਆਪ WhatsApp ਤੇ ਮੈਨੂੰ ਉਹ ਸਵਾਲ ਭੇਜ ਦਿਆ ਕਰੋ ਤਾਂ ਕਿ ਅਗਲੀ ਕਲਾਸ ਦੇ ਵਿੱਚ ਮੈਂ ਉਸ ਨੂੰ ਆਪਦੀਆਂ ਨਾਲ ਸਿਖਾ ਸਕਾਂ ਕੋਈ ਅੱਖਰ ਮੈਂ ਰਿਵਾਈਜ਼ ਕਰਾਂਗਾ ਅੰਮ੍ਰਿਤ ਅੱਖਰ ਤੇ ਜਿਹੜੇ ਵਾਵਲਸ ਮਾਤਰਾਵਾਂ ਨੇ ਉਹ ਧਿਆਨ ਨਾਲ ਸੁਣਿਓ ਹੋ ਸਕੇ ਤੇ ਨਾਲ ਨਾਲ ਬੇਸ਼ੱਕ ਪਰਿਓ ਬੋਲਿਓ ਅੱਖਾਂ ਨਾਲ ਦੇਖਣਾ ਹੈ ਮੂੰਹ ਨਾਲ ਬੋਲਣਾ ਹੈ ਤਾਂ ਇਸ ਤਰ੍ਹਾਂ ਦੇ ਨਾਲ ਅੱਖਰ ਪੱਕੇ ਹੋ ਜਾਂਦੇ ਹਨ ਮਾਤਰਾਵਾਂ ਦਾ ਵਾਵਲਸ ਦਾ ਸ਼ੁੱਧ ਉਚਾਰਨ ਵੱਜ ਜਾਂਦਾ ਹੈ मैं बड़े आराम बोलांगा थोड़ा जहास देख के अगला अखर बोलांगा ताकि इन बिटवीन यू कैन स्पीक दैट वर्ड टू कड़ काड़ कड़ा काड़ा कड़ी करे கேடு கிடி கடோ கோடோ கோடே கோட கோடு கூடு குடி கூடி கூடே கூடா

प्रीतमाओ परमेश्वर पाव पाव पावा पावे पावे पावन पावनी पावन पवित्र पितर पितृ ਪੁਤਰੀ ਖਤਰੀ ਜੰਤਰੀ ਮੰਤਰੀ ਇਹਨਾਂ ਵਿੱਚੋਂ ਬਹੁਤ ਸਾਰੇ ਅੱਖਰਾਂ ਮੈਂ ਗੁਰਬਾਣੀ ਵਿੱਚੋਂ ਲਏ ਹਨ ਤਾਂ ਕਿ ਜਿਹੜੇ ਪਾਠ ਕਰਦੇ ਨੇ ਇਹ ਅੱਖਰ ਤੁਹਾਨੂੰ ਕਈ ਥਾਂ ਤੇ ਮਿਲਣਗੇ ਕੁਝ ਗੁਰਬਾਣੀ ਦੀਆਂ ਪੰਕਤੀਆਂ ਛੋੜੀਆਂ ਜਿਹੀਆਂ ਮੈਂ ਉਹ ਉਚਾਰਨ ਕਰਾਂਗਾ ਤਾਂ ਕਿ ਉਚਾਰਨ ਸ਼ੁਭ ਬਣ ਸਕੇ ਸਦਾ ਨਿਭਾ ਚੱਲ ਤੇਰਾ ਨਾਲ ਆਮ ਕਰਕੇ ਸੰਗਤ ਜਿਹੜੀ ਦਲਾਵਾਂ ਨੂੰ ਲਾ ਪਰ ਜਾਂਦੀ ਹੈ ਨਿਭੇ ਚੱਲੇ ਤੇਰੇ ਪਰ ਜਾਂਦੇ ਨੇ ਉਹ ਗਲਤ ਵਿਚਾਰਨ ਹੈ ਸਦਾ ਨਿਭਾ ਚੱਲ ਤੇਰਾ ਨਾਲ ਵਡਾਈ ਦੇਵਾ ਹਉਮੈ ਵਿਦ ਸੇਵਾ ਨ ਓਈ ਓਈ ਇਹਨੂੰ ਕਈ ਹੋਵੀ ਪਰ ਜਾਂਦੇ ਹਾਂ ਪੂਰੇ ਗੁਰ ਤੇ ਨਾਮ ਪਾਇਆ ਜਾਏ ਪਰਮ ਪੁਲਾ ਫਿਰ ਸੰਸਾਰ ਹਉਮੈ ਤਬ ਕਰੀਰ ਹੈ ਉਹਨੇ ਇਹ ਅੱਖਰ ਬੜੇ ਧਿਆਨ ਨਾਲ ਸਰਵਨ ਕਰਿਓ ਰਿਹਾ ਗੁਰਬਾਣੀ ਨੇ ਜਿਹੜਾ ਅਗਲਾ ਲਫ਼ਜ਼ ਹੈ ਉਹ ਬਹੁਤ ਆਂਦਾ ਹੈ ਰਾਰਾ ਹਾਹੇ ਨੂੰ ਸਿਆਰੀ ਐੜੇ ਨੂੰ ਕੰਨਾ ਇਹਨੂੰ ਬਹੁਤ ਸਾਰੇ ਰਿਹਾ ਪੜ ਜਾਂਦੇ ਨੇ ਗਲਤ ਉਚਾਰਨ ਹੈ ਰਿਹਾ ਅਲੱਗ ਅਲੱਗ ਆਵਾਜ਼ ਹੈ ਨੂੰ توڑ ਕੇ ਇੱਕ ਇੱਕ ਅੱਖਰ ਕਰਕੇ ਅਲਫਾਬੈਟ ਫਿਰ ਇਹਦਾ ਚਾਰਨ ਕਰੋ ਪ੍ਰੈਕਟਿਸ ਕਰਨ ਵੇਲੇ ਰ ਰ ਰੇ ਆ ਰਹਿ ਆ ਰਹਿ ਆ ਰਹਿ ਆ ਐਗਜ਼ੈਕਟ ਵਰਡ ਬਣੇਗਾ ਰਹਿ ਆ ਇਹਨੂੰ ਰਹਾ ਪਰ ਜਾਂਦੇ ਨੇ ਬਹੁਤ ਸਾਰੇ ਪ੍ਰੈਕਟਿਸ ਕਰਨ ਵਾਲੇ ਫਿਰ ਤਿੰਨੋਂ ਅੱਖਰ ਇੱਕ ਇੱਕ ਕਰਕੇ ਸਲੋ ਕਰਕੇ ਬੋਲੋ ਬਾਰ ਬਾਰ ਬੋਲੋ ਉਹਨੂੰ ਤੇਜ ਕਰਕੇ ਫਿਰ ਉਹਨੂੰ ਪੂਰਾ ਪੜੋ ਜਸਟ ਲਾਈਕ ਰਹੇ ਆ ਰਹੇ ਆ ਰਹੇ ਆ ਇਸ ਤਰ੍ਹਾਂ ਇੱਕ ਹੋਰ ਵਰਡ ਹੈ ਕਿਹਾ ਅਤੇ ਕਹਿਆ ਕਹਿਆ ਨੂੰ ਵੀ ਬਹੁਤ ਸਾਰੇ ਕਿਹਾ ਪੜ ਜਾਂਦੇ ਨੇ ਇਹਦਾ ਉਚਾਰਨ ਵੀ ਉਸੇ ਪਹਿਲੇ ਰਹਿਆ ਅਨਸਾਰ ਕਰਨਾ ਹੈ ਇਹ ਬਣੇਗਾ ਕਹੇ ਆ ਕਹੇ ਆ ਕਹੇ ਆ ਹਾਏ ਦੀ ਟੋਨ ਹਾਏ ਨੂੰ ਸਿਆਰੀ ਦੀ ਆਵਾਜ਼ ਆਣੀ ਚਾਹੀਦੀ ਹੈ ਇਸੇ ਤਰ੍ਹਾਂ ਅਗਲਾ ਲਫ਼ਜ਼ ਹੈ ਰਵਿਆ ਰਵਿਆ ਮਰਿਆ ਕਰਿਆ ਇਹਨਾਂ ਅੱਖਰਾਂ ਦਾ ਉਚਾਰਨ ਕਰਨ ਵੇਲੇ ਹਮੇਸ਼ਾ ਧਿਆਨ ਲੱਗਣਾ ਹੈ ਕੁਝ ਹੋਰ ਅੱਖਰ ਹੋ ਰਹੇ ਤੇ ਦੂਸਰੇ ਵਾਵਲਦਰ ਉਚਾਰਨ ਕਰਨੇ ਹਨ ਪਲੋ ਚਲੋ ਮਰੋ ਕਰੋ ਤਰੋ ਜਰੋ ਲਰੋ ਮੋਰ ਕੋਰ ਤੋਰ ਤੋਲ ਮੋਲ ਮੋਲਾਨਾ ਮੋਲਾਨਾ ਪੁਲਾਣਾ ਔਕੜ ਤੇ ਹੋੜੇ ਦਾ ਉਚਾਰਨ ਧਿਆਨ ਨਾਲ ਸੁਣੋ ਜੇ ਧਿਆਨ ਨਾਲ ਇਹ ਵੀ ਪ੍ਰੈਕਟਿਸ ਕਰਨੀ ਹੈ ਫਿਰ ਮੈਂ ਦੁਬਾਰਾ ਬੋਲਦਾ ਹਾਂ ਮੋਲਾਨਾ ਪੁਲਾਣਾ ਪੁਰਾਨਾ ਪਸੂਆ करुआ कुड़ता मित मिति मिलाप मृतक मिलय पर करताप जप जाप हर जाप पलवल हलचल गर्गिट ਇਹਨਾਂ ਅੱਖਰਾਂ ਨੂੰ ਬੜੇ ਧਿਆਨ ਦੇ ਨਾਲ ਪ੍ਰੈਕਟਿਸ ਕਰਿਆ ਕਰੋ ਮੋਸਟਲੀ ਟੈਲੀਗ੍ਰਾਮ ਦੇ ਉੱਪਰ ਇਹ ਜਿਹੜੀ ਰਿਕਾਰਡਿੰਗ ਹੈ ਉਹ ਇੱਕ ਦੋ ਦਿਨਾਂ ਅਸੀਂ ਪਾ ਦਿੰਨੇ ਆ ਪਰ ਉੱਥੇ ਜਾ ਕੇ ਦੁਬਾਰਾ ਚੈੱਕ ਕਰਿਆ ਕਰੋ YouTube ਤੇ ਵੀ ਮੇਰੇ ਚੈਨਲ ਪ੍ਰੋਫੈਸਰ ਗੁਰਚਰਨ ਸਿੰਘ ਦਾ ਨਾਮ ਹੈ ਤਾਂ ਆਪਦੀ ਨੂੰ ਇਹ ਮਿਲ ਜਾਏਗੀ ਇਸ ਤਰ੍ਹਾਂ ਦੇ ਸਾਹਮਣੇ ਅੱਖਰ ਲਾ ਕੇ ਪ੍ਰੈਕਟਿਸ ਕਰੋਗੇ ਅਭਿਆਸ ਪੱਕਾ ਹੋ ਜਾਂਦਾ ਹੈ ਕੁਝ ਹੋਰ ਗੁਰਬਾਣੀ ਦੀਆਂ ਪੰਕਤੀਆਂ ਇਸ ਤਰ੍ਹਾਂ ਹਨ ਮੈਂ ਛੋੜਿਆਲਾ ਮੇਰਾ ਤਿਰਾ ਇਹ ਅੱਖਰ ਜਿਹੜਾ ਚ ਆ ਅੱਖਰ ਵਾਲਾ ਹੈ ਇਹ ਧਿਆਨ ਨਾਲ ਬੋਲਣਾ ਹੈ प्रैक्टिस करने वाले फिर इसमें एक-एक अखर जोड़ के बोलना है छोड़ दे आड़ा छोड़ दे आड़ा छोड़ दे आड़ा ऐसा करके अभ्यास करना पावेगा मैं छोड़ दे आड़ा मेरा तेरा सब मन तन जियो करो ਨੇ ਤਪਖਾ ਫੇਰੀ ਸੇਰ ਕਮਾਵਾਂ ਇਸ ਆਗ ਪਾਣੀ ਤੋਂ ਮ ਹੁਣ ਦੇਖੋ ਇਸ ਲਾਈਨ ਕਿੰਨੇ ਅੱਖਰਾਂ ਨਾਲ ਬਿੰਦੀ ਲਾ ਕੇ ਪੜਨਾ ਹੈ ਪਰ ਗੁਰਗ੍ਰੰਥ ਸਾਹਿਬ ਬਿੰਦੀਆਂ ਸਾਰੀ ਜਗ੍ਹਾ ਨਹੀਂ ਲੱਗੀਆਂ ਹੋਣਗੀਆਂ ਇਹ ਅਭਿਆਸ ਪ੍ਰੈਕਟਿਸ ਨਾਲ ਸਮਝ ਆਵੇਗੀ ਜਦੋਂ ਗੁਰਬਾਣੀ ਵਿਆਕਰਣ ਦੇ ਰੂਲ ਅਕੀਲਾ ਰੂਪ ਬਿੰਦੀ ਦਾ ਹੋਏਗਾ ਅਧਕ ਦਾ ਹੋਏਗਾ ਉਹ ਮੈਂ ਲੀਆ 1 2 ਕਲਾਸਾਂ ਬਾਅਦ ਸਮਾਂ ਬਣੇਗਾ ਉਦੋਂ ਆਪਦੇ ਨਾਲ ਡਿਟੇਲ ਵਿੱਚ ਸ਼ੇਅਰ ਕਰਾਂਗਾ ਹੁਣ ਇੱਥੇ ਦੇਖੋ ਫੇਰੀ ਬਿੰਦੀ ਆ ਜਾਏਗੀ ਕਮਾਵਾ ਵਾਵੇ ਉੱਪਰ ਬਿੰਦੀ ਆ ਜਾਏਗੀ ਟੋਵਾ ਵਾਵੇ ਉੱਪਰ ਬਿੰਦੀ ਹੈ ਨਿਤ ਪੱਖਾ ਫੇਰੀ सेव कमावा इस आगे पानी तोवा नानक जित वेला बिरा मेरा स्वामी जित वेला मर जाए जियो मेरा सुहावी कौन सुवेला जित त्रब वेला अब ऊंचा ਪੱਕਾ ਬਰਬਾਦ ਸਾਰੀ ਅਬ ਉਚਾ ਪੱਕਾ ਬਰਬਾਰਾ ਅੰਤ ਨਹੀਂ ਤੇ ਪਾਰਾ ਵਾਰਾ ਇੱਕ ਅੱਖਰ ਨਹੀਂ ਨੰਨੇ ਨੂੰ ਕੰਨਾ ਹੈ ਤੇ ਇਹ ਗੁਰਵਾਣੀ ਅੰਦਰ ਨੰਨੇ ਨੂੰ ਬਿਨਾ ਕੰਨੇ ਤਾ ਵੀ ਆਏਗਾ ਉਦੋਂ ਅਸੀਂ ਨਹੀਂ ਪੜਾਂਗੇ ਕੰਨੇ ਨਾਲ ਕਿੰਨੇ ਦਾ ਉਚਾਰਨ ਕਰ ਬਿਆ ਹੋਇਆ ਨਾ ਹੀ ਪੜਾਂਗੇ ਇਸ ਤਰ੍ਹਾਂ ਪਾਰਾ ਵਾਰਾ ਪਾਰਾ ਵਾਰਾ ਕੋਟ 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 ਲਖਤਾ ਵੈ ਇੱਕ ਤੇਰੂ ਕਾ ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ ਤਨ ਸਵੇਲਾ ਦੇ ਦਰਸ਼ਨ ਕਰਣਾ ਜੀ ਕੇ ਸਾਤੇ ਪ੍ਰੀਤੰ ਪ੍ਰਭ ਨੇਰੇ ਮਨ ਜੀਰਾ ਪ੍ਰਭ ਨਾਮ ਚਿ ਤੇਰੇ ਹੁਣ ਕੁ ਅੱਖਰ ਮੈਂ ਲਿਖੇ ਹਾਂ ਅਖੀਲਾ ਅਕਰ ਹਾਇ ਨਾਲ ਔਕਰ ਹੈ ਤੇ ਇੱਕ ਊੜੇ ਨਾਲ ਔਕਰ ਹੈ ਆਮ ਕਰਕੇ ਅਸੀਂ ਇਹ ਦੋਨਾਂ ਅਕਰਾਂ ਨੂੰ ਇੱਕੋ ਜਿਹਾ ਪਰ ਜਾਣੇ ਆ ਔਰ ਇਹਦਾ ਉਚਾਰਨ ਵੱਖੋ ਵੱਖਰਾ ਹੈ ਇਹਨਾਂ ਦੇ मीनिंग ਦੇ ਵੱਖੋ ਵੱਖਰੇ ਹਨ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਪਦੀ ਪਹਿਲੀ ਲਾਈਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਰੇ ਇਸ ਤਰ੍ਹਾਂ ਪਰਦੇ ਹਨ ਗਲਤ ਹੈ ਉਥੇ ਊੜੇ ਨਾਲ ਔਂਕੜ ਹੈ ਅਸੀਂ ਹਾਹੇ ਨਾਲ ਔਂਕੜ ਪੜੀ ਜਾ ਰਹੇ ਹਾਂ ਤਾਂ ਇਹਨਾਂ ਦੋ ਅੱਖਰਾਂ ਦਾ ਹਾਹੇ ਨਾਲ ਔਂਕੜ ਉਰੇ ਨਾਲ ਅੱਖਰ ਬੜੇ ਧਿਆਨ ਨਾਲ ਪੜਨਾ ਹੈ ਮੈਂ ਇਹਦਾ ਉਚਾਰਨ ਆਪਣੇ ਨਾਲ ਪਾਜਾ ਕਰਾਂਗਾ ਕਰੋ ਕਰੋ ਉਰੇ ਨਾਲ ਇਹਦੇ ਉੱਪਰ ਬਿੰਦੀ ਲੱਗੇ ਉਚਾਰਨ ਹੋਏਗਾ ਤੇ ਧਿਆਨ ਨਾਲ ਸੁਣੋ ਮੈਂ ਦੋਨੋਂ ਅੱਖਰ ਵਾਰੀ-ਵਾਰੀ ਦੋ ਤਿੰਨ ਵਾਰੀ ਬੋਲਾਂਗਾ ਆਪੀ ਨੇ ਧਿਆਨ ਨਾਲ ਸੁਣਨਾ ਹੈ ਕਰੋ 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 ਉਰੇ ਪਰ ਬਿੰਦੀ ਆਵੇਗੀ ਇਹਦਾ ਫਰਕ ਇਹ ਹੈ ਜਿਹੜਾ ਹਾ ਹੈ ਨਾਲ ਔਂਕੜ ਵਾਲਾ ਹੈ ਉਹਦਾ ਅਰਥ ਬੰਦਾ ਹੈ ਤੁਸੀਂ ਕਰੋ ਕਿਸੇ ਨੂੰ ਕਿਹਾ ਜਾ ਰਿਹਾ ਹੈ ਕਿ this verb go to second or third person ਇਹ ਕਿਰਿਆ ਜੋ ਹੈ ਉਹ ਸੈਕੰਡ ਜਾਂ ਥਰਡ ਪਰਸਨ ਦੇ ਚਲੀ ਜਾਵੇਗੀ ਉਰੇ ਨਾਲ ਜਦੋਂ ਬਿੰਦੀ ਲਾ ਕੇ ਅਸੀਂ ਪਰਦੇ ਹਾਂ ਕਰੋ ਦਿਸ ਵਰਡ ਬਿਕਮ ਦਾ ਫਸਟ ਪਰਸਨ ਸਿੰਗੂਲਰ ਵਰਬ ਇੱਕ ਵਚਨ ਦੀ ਕਿਰਿਆ ਬਣ ਜਾਵੇਗੀ ਮੈਂ ਕਰਦਾ ਹਾਂ ਤਾਂ ਕਿੰਨਾ ਫਰਕ ਪੈ ਗਿਆ ਅਸੀਂ ਦੋਨਾਂ ਨੂੰ ਹੀ ਕਰੋ ਪੜੀ ਜਾਂਦੇ ਆ ਇਸ ਤਰ੍ਹਾਂ ਦੂਸਰਾ ਅੱਖਰ ਹੈ ਸਿਮਰਾ ਸਿਮਰਾਉ ਸਿਮਰਾ ਸਿਮਰਾਉ ਸਿਮਰਾ ਸਿਮਰਾਉ ਇਹਦਾ ਉਚਾਰਨ ਵੀ ਠੀਕ ਕਰਨਾ ਹੈ ਸੁਖਮਨੀ ਸਾਹਿਬ ਦੇ ਪਹਿਲੇ ਅਸ਼ਪਦ ਦੇ ਊੜੇ ਨਾਲ ਆਇਆ ਹੈ ਪਰ ਕਈ ਜਗ੍ਹਾ ਤੇ ਹਾਏ ਨਾਲ ਵੀ ਆਇਆ ਹੈ ਤਾਂ ਸਿਮਰੋ ਹਾਏ ਨਾਲ ਪਾਪ ਹੋ ਗਿਆ ਤੁਸੀਂ ਸਿਮਰੋ ਤੇ ਊੜੇ ਨਾਲ ਉਚਾਰਨ ਹੋਏਗਾ ਸਿਮਰਾਂ ਮੈਂ ਸਿਮਰਦਾ ਹਾਂ ਕਿੰਨਾ ਫਰਕ ਪਾ ਗਿਆ ਸੁਨਨ ਵਾਲੇ ਨੂੰ ਉਹਦਾ ਜਿਹੜਾ ਜਿਹੋ ਜਿਹਾ ਮੈਂ ਪੜਾਂਗਾ ਨੂੰਨ ਵਾਲਾ ਉਸੇ ਤਰ੍ਹਾਂ ਹੀ ਸਮਝਦਾ ਹੈ ਜੇ ਮੈਂ ਗਲਤ ਪਾਠ ਕੀਤਾ ਹੈ ਸੁਣਨ ਵਾਲਾ ਵੀ ਜੋ ਹੈ ਉਹ ਗਲਤ ਪਾਠ ਸਿੱਖ ਜਾਂਦਾ ਹੈ ਕਿਉਂਕਿ ਅਸੀਂ ਸੰਗਤ ਨੇ ਪਾਠ ਕਰੇ ਕਿਸੇ ਢੰਗ ਨਾਲ ਸਿੱਖਿਆ ਨਹੀਂ ਆ ਮੂੰਹ ਜਵਾਨੇ ਸੁਣ ਸੁਣ ਕੇ ਇੱਕ ਦੂਜੇ ਕੋਲੋਂ ਕਰ ਹੀ ਜਾਂਦੇ ਹਾਂ ਜਿਸ ਕਰਕੇ ਉਹ ਗਲਤ ਕਰ ਰਿਹਾ ਹੈ ਸਾਡਾ ਵੀ ਪਾਠ ਉਚਾਰਨ ਗਲਤ ਹੋ ਰਿਹਾ ਹੈ ਬਟ ਵੀ ਹਵ ਟੂ ਬੀ ਕੇਅਰਫੁਲ ਇਸ ਤਰ੍ਹਾਂ ਹੋਰ ਅੱਖਰ ਹਨ ਖਾ ਓ ਖਾਓ ਜਾਓ ਜਾਓ ਪਾਹ ਪਾਓ ਮਰੋ ਮਰੋ ਤੇ ਇਹ ਹਾ ਹੈ ਨਾਲ ਔਕਰ ਵਾਲਾ ਅੱਖਰ ਤੇ ਊੜੇ ਨਾਲ ਅੱਖਰ ਵਾਲਾ ਜਿਹੜਾ ਹੈ ਇਹਨੂੰ ਧਿਆਨ ਨਾਲ ਉਚਾਰਨ ਕਰਨਾ ਹੈ ਇੱਕ ਹੋਰ ਅੱਖਰ ਹੈ ਜਿਹੜਾ ਸਿੰਗੂਲਰ ਤੇ ਪਲੂਰਲ ਬੰਦਾ ਹੈ ਇੱਕ ਵਚਨ ਤੇ ਬਹੁ ਵਚਨ ਬਦਲਦਾ ਹੈ ਖਾਵੇ ਇਹ ਇੱਕ ਵਚਨ ਹੈ ਮੈਂ ਖਾਂਦਾ ਹਾਂ ਖਾਵੇ ਹੈ ਇਹ ਬਹੁ ਵਚਨ ਬਣ ਜਾਏਗਾ ਖਾਂਦੇ ਹਨ ਤਾਂ ਇਸ ਤਰ੍ਹਾਂ ਇਹ ਅੱਖਰ ਬਹੁ ਸਾਰੇ ਗਲਵਾਨੀ ਨੇ ਕਾਣ ਗਏ ਜਦੋਂ ਦਲਾਵਾ ਉੱਪਰ ਲੱਗਿਆ ਲਾਸ ਅੱਖਰ ਨੂੰ ਉਹ ਸਿੰਗੂਲਰ ਬਣ ਜਾਏਗਾ ਇੱਕ ਵਚਨ ਹੋ ਜਾਏਗਾ ਖਾਵੇ ਦੂਸਰਾ ਅੱਖਰ ਹੈ ਗਾਵੇ ਗਾਲ ਹੈ ਜਾਵਾਂ ਜਾਵ ਹੈ ਤਰ ਤਰ ਪਾਵ ਪਵ ਇਸ ਤਰ੍ਹਾਂ ਦੇ ਨਾਲ ਇਹ ਇਹਨੂੰ ਦੋਨੋਂ ਹੀ ਪਾਵੇ ਪੜ ਜਾਂਦੇ ਨੇ ਖਾਵੇ ਪੜ ਜਾਂਦੇ ਨੇ ਗਾਵੇ ਪੜ ਜਾਂਦੇ ਨੇ ਜਦਤੀ ਸਾਧ ਦੀ 27ਵੀਂ ਪੌੜੀ ਸੋਦਰ ਵਾਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਇਹ ਦੋਨੋਂ ਅੱਖਰ ਆਣ ਗਏ ਗਾਉ ਹੈ ਰਾਜਾ ਧਰਮ ਸਾਰੀ ਜਿਹੜਾ ਲਾਈਨ ਆਏਗੀ ਗਾਵਾ ਰਾਜਾ ਧਰਮ ਉਹ ਧਰਮ ਹਮੇਸ਼ਾ ਇੱਕ ਹੁੰਦਾ ਹੈ ਔਰ ਤੁਸੀਂ ਨੋਟ ਕਰਨਾ ਉਹਦੇ ਧਰਮ ਦੇ ਮੰਮੇ ਨੂੰ ਔਂਕਲ ਲੱਗੀ ਹੋਏਗੀ ਜੇ ਕਿਰਿਆ ਇੱਕ ਵਚਨ ਹੈ ਉਹਦਾ ਜਿਹੜਾ ਨਾਉਨ ਹੈ ਉਹ ਵੀ ਇੱਕ ਵਚਨ ਹੋਵੇਗਾ ਗਾਵਾ ਰਾਜਾ ਧਰਮ ਮੰਮੇ ਨੂੰ ਔਕੜ ਹੋਵੇਗੀ ਇੱਕ ਕਿਰਿਆ ਬਹੁਵਚਨ ਹੈ ਤਾਂ ਉਹਦੀ ਜਿਹੜੇ ਨਾਉਨ ਨੇ ਅੱਖਰ ਦਾ ਪ੍ਰੋਨਾਉਨ ਨੇ ਉਹ ਵੀ ਬਹੁਵਚਨ ਬਣ ਗਏ ਇਸ ਤੋਂ ਅਗਲਾ ਗ੍ਰਾਮਰ ਦਾ ਜਿਹੜਾ ਫੈਕਸ਼ਨ ਹੈ ਉਹ ਸ਼ੁਰੂ ਕਰਦੇ ਆ ਆਪਾਂ ਨੇ ਪਿਛਲੇ ਲੈਸਨ ਸਿਰਫ ਇੱਕ ਸਲਾਈਡ ਦੇ ਵਿੱਚ ਰਿਵਾਈਜ਼ ਕਰਾਂਗਾ ਪਾ ਕਮਾ ਇਹ ਅਸੀਂ ਕਰ ਚੁੱਕੇ ਹਾਂ ਪਰ ਅੱਜ ਮੈਂ ਬਾਣੀ ਦੀਆਂ ਕੁਝ ਤੁਕਾਂ ਲੈ ਕੇ ਆਪ ਜੀ ਦੇ ਨਾਲ ਉਸ ਪਾਸ ਕਿਥੇ ਕਿਥੇ ਲਗਣਾ ਚਾਹੀਦਾ ਹੈ ਉਹ ਰਾਜਾ ਉਹ ਸ਼ੇਅਰ ਕਰਾਂਗਾ ਪਹਿਲਾ ਗਰੀ ਪੌੜੀ ਹਾਂ ਮੈਂ ਇੱਕ ਵਾਰਿ ਪੜ੍ਹ ਦਿਆਂਗਾ ਫਿਰ ਉਹਦਾ ਉਚਾਰਨ ਆਪ ਜੀ ਨਾਲ ਸਾਂਝਾ ਕਰਾਂਗਾ ਸੋਦਰ ਕੇ ਹਸੌਲ ਕਰਕੇ ਹਜਿਤ ਦਾ ਸਰਬਸਮਾਲ ਵਾਜੇ ਨਾ ਅਨੇਕ ਤੁੰਕਾਂ ਕਇਤੇ ਵਾਮਨ ਹਾਰੇ ਕਇਤੇ ਰਾਖ ਪਰਿਸ਼ੋ ਕਈ ਜਨ ਕਇਤੇ ਗਾਵਨਾਰੇ ਗਾਵੈ ਤੁਨੋਂ ਪਾਉਣ ਪਾਣੀ ਦੇ ਸੰਤਰ ਗਾਵੈ ਰਾਦਾ ਤੁਮ ਦੁਆਰੇ ਆਮ ਕਰਕੇ ਅਸੀਂ ਸੰਗਤ ਇਦਾਂ ਪਾਠ ਕਰਦੀ ਹੈ ਜਦੋਂ ਜੋਟੀਆਂ ਵਿੱਚ ਪਾਠ ਕਰਦੇ ਨੇ ਨਾ ਜਾਂ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ ਸਾਰਾ ਧਿਆਨ ਇਸ ਉੱਤੇ ਹੁੰਦਾ ਵੀ ਮੈਂ ਅਗਲੀ ਲਾਈਨ ਪੜ੍ਹ ਲਈ ਹੈ ਜਵੀਆਂ ਮਿੰਟਾਂ ਜਪਤੀ ਸਾਹਿਬ ਮਕਾੜਾ ਹੈ ਤਾਂ ਉਹਦੇ ਵਿੱਚ ਜਪਤੀ ਸਾਹਿਬ ਦੇ 400 ਗਲਤੀਆਂ ਮੰਨੀ ਸਾਹਿਬ ਜੀ 1200 ਗਲਤੀਆਂ ਅਸੀਂ ਕਰ ਰਿਹਾ ਜਿਵੇਂ ਇਹ ਪਾਸ ਮੈਂ ਉੱਪਰ ਆਪਦੀ ਨਾਲ ਕੀਤਾ ਹੈ ਇਹ ਗਲਤ ਉਚਾਰਨ ਹੈ ਕਿਤੇ ਪੌਦ ਨਹੀਂ ਦਿੱਤਾ ਲਾਂ ਦਾ ਲਾਂ ਦਾ ਉਚਾਰਨ ਨਹੀਂ ਦੇਖਿਆ ਬਿੰਦੀ ਦਾ ਪਰਵਾਹ ਨਹੀਂ ਕੀਤੀ ਤਾਂ ਉਹ ਗਲਤੀਆਂ ਹੋ ਗਈਆਂ ਆਓ ਇਹ ਪੰਕਤੀਆਂ ਦਾ ਸੁਧ ਪਾਸ ਮੈਂ ਆਪਦੀ ਨਾਲ ਸੰਧਿਆ ਕਰਦਾ ਹਾਂ ਬਿੰਦੀ ਦਾ ਵੀ ਧਿਆਨ ਰੱਖਾਂਗੇ ਤਮੇ ਪਾਲ ਦਾ ਵੀ ਧਿਆਨ ਰੱਖਾਂਗੇ ਲਾ ਲਾਭ ਆਵੇ ਧਿਆਨ ਰੱਖਾਂਗੇ ਤਾਂ ਪਾਠ ਸ਼ੁੱਧ ਹੋ ਜਾਵੇਗਾ ਸੋਦਰ ਕੇ ਹਾ ਸੋ ਘਰ ਕੇ ਹਾ ਦਿੱਤ ਬਹ ਸਰਵ ਸੰਭਾਲ ਲੈ ਵਾਦੇ ਮਾ ਅਨੇਕ ਅਸੰਖਾਂ ਕਿਤੇ ਵਾਵਣ ਹਾਰੇ ਕਿਤੇ ਰਾਗ ਪਰਿਸਿਓ ਕਹੀੰਮ ਕਿਤੇ ਗਾਵਣ ਹਾਰੇ ਗਾਵਾਂ ਤੁਹਨੋ ਪੌਣ ਪਾਣੀ ਬਹ ਸੰਤਰ ਗਾਵੈ ਰਾਦਾ ਪਰਮ ਦੁਆਰੇ ਹੁਣ ਦੇਖੋ ਅਖੀਲੀ ਪੰਕਤੀ ਅੰਦਰ ਗਾਵ ਹੈ ਇਹ ਬਹੁਵਚਨ ਦੀ ਕਰਿਆ ਹੈ ਤਾਂ ਇਥੋਂ ਇਹ ਲਾਈਨ ਦੇ ਵਿੱਚੋਂ 20% मीनिंग ਸਮਝ ਆ ਗਿਆ ਕਿ ਇਹਦੇ ਵਿੱਚ ਬਹੁਤਿਆਂ ਦੀ ਗੱਲ ਹੋਏਗੀ ਬਹੁਵਚਨ ਦੀ ਗੱਲ ਹੋਏਗੀ ਲੋਰਾਂ ਦੀ ਗੱਲ ਹੋਏਗੀ ਕਿਵੇਂ ਲੋਰ ਬਣਿਆ ਤਿੰਨ ਚੀਜ਼ਾਂ ਦੀ ਗੱਲ ਕੀਤੀ ਹੈ ਹੌਣ ਪਾਣੀ ਬੈ ਸੰਤ ਤਿੰਜੇ ਦਾ ਹੋ ਗਈ ਹੈ ਨਾ ਤਾਂ ਇਹਦੀ ਕਰਿਆ گاਵੇ ਬਣ ਗਈ ਹੁਣ ਇਸੇ ਲਾਈਨ ਅੱਧੀ ਲਾਈਨ ਦੇਖੋ گاਵਾ ਰਾਜਾ ਤਰਮ ਦੁਆਰੇ ਹੁਣ گاਵਾ ਸਿੰਗੂਲਰ ਇਕਵਚਨ ਦੀ ਕਰਿਆ ਹੈ ਤਾਂ ਉਹਦਾ ਜਿਹੜਾ ਨਾਉਨ ਹੈ ਤਰਮ ਦੇਖੋ ਮम्मे ਨੂੰ ਔਕਲ ਲੱਗੀ ਹੋਈ ਹੈ ਤਾਂ ਇਹ ਥੋੜਾ ਜਿਹਾ ਧਿਆਨ ਨਾਲ ਪਾਠ ਕਰਨ ਨਾਲ ਮੀਨਿੰਗ ਆਪਣੇ ਆਪ ਸਮਝ ਆ ਜਾਂਦੇ ਹੈ ਤਾਂ ਮੈਂ ਇੱਕ ਐਗਜ਼ਾਮਪਲ ਲਈ ਹੈ ਜਦੋਂ ਇਹ ਗ੍ਰਾਮਰ ਦੇ ਰੂਲ ਖਤਮ ਹੋ ਜਾਣਗੇ ਉਸ ਤੋਂ ਬਾਅਦ ਮੈਂ ਜਪਤੀ ਸਾਹਿਬ ਦਾ ਪਾਠ ਇਸੇ ਤਰ੍ਹਾਂ ਇੱਕ ਇੱਕ ਪੌੜੀ ਦਾ ਇੱਥੇ ਆਪ ਜੀ ਨਾਲ ਸੰਝਾ ਕਰਾਂਗਾ ਤਾਂ ਕਿ ਆਪ ਜੀ ਦਾ ਪਾਠ ਸ਼ੁੱਧ ਹੋ ਸਕੇ ਜਪਤੀ ਸਾਹਿਬ ਦੀ ਇੱਕ ਹੋਰ ਪੰਕਤੀ ਹੈ ਦੇਵੇ ਉੱਪਰ ਲਿਖਿਆ ਹੈ ਮੈਂ ਇਹਨੂੰ ਪੜਾਂਗਾ ਜਿਵੇਂ ਆਮ ਸੰਗਤ ਪੜਦੀ ਆ ਕਵਨ ਸੁਵੇਲਾ ਵਖਤ ਕਵਨ ਕਵਨ ਸਤਵਾਰ ਕਵਨ ਵਾਰ ਕਵਨ ਸੇ ਰਤੀ ਮਾ ਕਵਨ ਕਉਂ ਜੇ ਤੋ ਆ ਕਾ ਸਾਰੀ ਪੌਰੀ ਕਵਨ ਕਵਨ ਨਹੀਂ ਸਮਝ ਆਉਂਦਾ ਹੈ ਬਾਕੀ ਕੱਖ ਨਹੀਂ ਪੱਲੇ ਪੈਂਦਾ ਹੁਣ ਇਹਦਾ ਉਚਾਰਨ ਆਪਾਂ ਅਗਰ ਸਹੀ ਕਰਾਂਗੇ ਕਵਨ ਸੁਵੇਲਾ ਵਖਤ ਕਵਨ ਕਵਨ ਅਥੇ ਕਵਨ ਵਾਰ ਕਵਣ ਸਰਪੀ ਮਾ ਕਵਣ ਜਿਤ ਹੋਆ ਆਕਾ ਅ ਸਹੀ ਉਚਾਰਨ ਕਈ ਵਾਰੀ ਮੈਨੂੰ ਮਾਫ ਕਰ ਦੇਣਾ ਕਈ ਵੀਰ ਤਾਂ ਸਵਾਲ ਕਰ ਦਿੰਦੇ ਨੇ ਜਾਂ ਕਹਿ ਦਿੰਦੇ ਨੇ ਪਾਇਸਾ ਦੀ ਟਾਈਮ ਹੀ ਨਹੀਂ ਹੁੰਦਾ ਜਿਵੇਂ ਮੈਂ ਕਿ ਟਾਈਮ ਨਹੀਂ ਹੈ ਤਾਂ ਨਾ ਪੜੋ ਤੁਹਾਨੂੰ ਡਾਕਟਰ ਨੇ ਕਿਹਾ ਪੜਨਾ ਗਲਤ ਪੜਨ ਨਾਲੋਂ ਬਾਤੀਆਂ ਗਲਤੀਆਂ ਕਰਨ ਨਾਲੋਂ ਹੋੜਾ ਪਾਠ ਕਰੋ ਆਰਾਮ ਨਾਲ ਸ਼ੈਦ ਨਾਲ ਪਿਆਰ ਨਾਲ ਕਰੋ ਜੇ ਜਪਨੀ ਸਾਹ ਦੇ ਵਿੱਚ ਤੁਸੀਂ 20 ਮਿੰਟਾਂ ਤੱਕ ਪਾਠ ਕਰਕੇ 400 ਗਲਤੀਆਂ ਕੀਤੀਆਂ ਤੇ ਉਹੀ ਪਾਠ ਤੁਸੀਂ 30 ਮਿੰਟਾਂ ਵਿੱਚ ਕਰੋਗੇ ਤਾਂ ਉਹ ਗਲਤੀਆਂ 400 ਵਿੱਚੋਂ ਇਕਦਮ 100 ਰਹਿ ਜਾਣਗੀਆਂ ਉਹਨੂੰ ਫੈਸਲਾ ਤੁਸੀਂ ਕਰਨਾ ਹੈ ਕਿ 400 ਗਲਤੀਆਂ ਵਾਲਾ ਪਾਠ ਕਰਨਾ ਹੈ ਇਸ 100 ਗਲਤੀਆਂ ਵਾਲਾ ਕਰਨਾ ਹੁਣ ਨੰਬਰ ਜਿਹੜੇ ਮਾਰਕਸ ਮਿਲਦੇ ਆ ਉਹ ਤਾਂ ਸਹੀ ਪੇਪਰ ਦੇ ਮਿਲਦੇ ਆ ਸਹੀ ਐਗਜ਼ਾਮ ਦੇ ਮਿਲਦੇ ਆ ਗਲਤੀਆਂ ਦੇ ਨੰਬਰ ਮਾਈਨਸ ਹੁੰਦੇ ਹੈ ਯਾਦ ਰੱਖ ਲੈਣਾ ਤਾਂ ਇਹ ਫੈਸਲਾ ਅਸੀਂ ਸਾਰਿਆਂ ਨੇ ਆਪ ਆਪਣਾ ਕਰਨਾ ਹੈ ਕਿ ਮੈਂ ਪਾਠ ਸ਼ੁੱਧ ਕਰਨਾ ਹੈ ਕਿ ਗਲਤ ਕਰਨਾ ਹੈ ਅੱਜ ਦਾ ਅਗਲਾ ਜਿਹੜਾ ਗੁਰਬਾਣੀ ਰਕਦੰਦ ਦਾ ਰੂਲ ਹੈ ਉਹ ਹੈ ਲਾਂ ਦੁਲਾ ਇਹਦਾ ਉਚਾਰਨ ਅਸੀਂ ਇੱਕ ਵਾਰੀ ਸਮਝਾਂਗੇ ਤੇਰੇ ਤੇਰਾ ਮੇਰੇ ਮੇਰਾ ਪਰੇ ਪਰਾ ਕਾਲੇ ਕਾਲਾ ਚਾਲਾ ਮੈਲ ਪਰ ਜਾਲ ਪੈਲਸ ਲੈਮਨ ਮੈਗਲ ਪੈਦਲ ਪਰਲ ਤਾਵਾ ਪਾਰੇ ਕੂੜਾ ਸੋਚ ਚੁੱਟਾ ਛੁੱਟ ਤੂਰ ਸੂਰ ਸੂਰਾ ਗਾਵੇ ਗਾਵੈ ਜਾਵੇ ਜਾਵੈ ਮਰੇ ਮਰਾ ਖਾਵੇ ਖਾਵੈ ਅਸੀਂ ਇੱਥੇ ਇਹ ਇਸ ਤਰ੍ਹਾਂ ਲਾ ਹੁਣੇ ਸਮਝਿਆ ਸੀ ਜਦੋਂ ਅੱਖਰ ਦੇ ਅਖੀਰੇ ਅਲਫਾਬੈਟ ਨੂੰ ਉੱਪਰ ਲਾਵਾ ਹੋਵੇ ਉਹ ਸਿੰਗੂਲਰ ਬਣ ਜਾਂਦਾ ਹੈ ਇਹ ਥੋੜਾ ਜਿਆਦਾ ਧਿਆਨ ਲਖਣਾ ਹੈ ਗ੍ਰਾਮਰ ਦੇ ਰੂਲ ਅੰਦਰ ਕੁਝ ਐਕਸੈਪਸ਼ਨਲ ਕੇਸ ਹੁੰਦੇ ਹਨ ਜਿਹੜੇ ਮੈਂ ਆਪ ਵੀ ਨਾ ਇੱਥੇ ਸੰਦੇ ਨਹੀਂ ਕਰਾਂਗਾ ਅਦਰਵਾਈਜ਼ ਯੂ ਵਿਲ ਕੰਫਿਊਜ਼ ਮੋਰ ਐਂਡ ਮੋਰ ਅਸੀਂ ਆਪਣੀਆਂ 400 ਗਲਤੀਆਂ ਨੂੰ ਰਿਮੂਵ ਕਰਦੇ ਹਾਂ 50 ਲੁਧਿਆਣੀਆਂ ਨੇ ਜੇ ਪਾਕ ਇਸ ਤਰ੍ਹਾਂ ਸ਼ੁੱਧ ਕਰਾਂਗੇ ਗੁਰਬਾਣੀ ਗ੍ਰਾਮਰ ਦੇ ਰੂਲ ਅੰਦਰ ਅੱਜ ਨਵਾਂ ਰੂਲ ਜਿਹੜਾ ਅਸੀਂ ਸਿੱਖਣਾ ਹੈ ਉਹ ਔਂਕਲ ਬਲੈਂਕਰ ਪਿਛਲੇ ਤਿੰਨ ਰੂਲ ਅਸੀਂ ਪੜ ਚੁੱਕੇ ਹਾਂ ਅੱਖਰ ਆਪਦੀ ਦੇ ਸਾਹਮਣੇ ਲਿਖੇ ਹਨ ਮੈਂ ਸਾਰੇ ਪੜਾਂਗਾ ਪਹਿਲਾਂ ਧਿਆਨ ਨਾਲ ਸੁਣਨਾ ਹੈ ਸੱਚ ਸੁੱਚ ਮਨ ਰੱਬ ਗੁਰ ਸ਼ਬਦ ਗੁਰਮੁਖ संत मंत रत बसंत चलंत संतोख श्रम सपत सपुत काल आदेश पाग, तिस, जोर जिस धर्म मरण जन्म ज्ञान आनंद खंड पवन करम जप पित हुक्म वेद हथियार मृत अमूल जित धर्म गुण नाम तिल भोग देवद पुरक, मूरख सूरत ਤੁਸੀਂ ਇਸ ਸਾਰੇ ਅੱਖਰਾਂ ਦੇ ਇੱਕ ਵਾਰੀ ਧਿਆਨ ਕਰੋ ਵੀ ਸਾਰੇ ਅੱਖਰਾਂ ਨੂੰ ਅਖੀਰਲੇ ਅਲਫਾਬੈਟ ਨੂੰ ਔਂਕੜ ਲੱਗੀ ਹੋਈ ਹੈ ਪਰ ਅਸੀਂ ਕਿਸੇ ਵੀ ਅੱਖਰ ਦੇ ਨਾਲ ਔਂਕੜ ਦਾ ਉਚਾਰਨ ਨਹੀਂ ਕੀਤਾ ਹੈ ਤੁਸੀਂ ਕਦੇ ਇਹ ਸੋਚਿਆ ਹੈ ਵੀ ਜੇ ਗੁਰੂ ਸਾਹਿਬ ਨੇ ਔਂਕੜ ਲਾਈ ਹੈ ਪਰ ਉਹਦਾ ਉਚਾਰਨ ਨਹੀਂ ਹੋ ਰਿਹਾ ਹੈ ਤਾਂ ਉਹਦਾ ਕੀ ਕਾਰਨ ਹੈ ਅਓ ਅੱਜ ਇਸ ਨਵੇਂ ਗ੍ਰਾਮਰ ਰੂਲ ਨੂੰ ਪਾਠ ਸ਼ੁੱਧ ਕਰਨ ਦੇ ਨਿਯਮ ਨੂੰ ਸਮਝਾਂਗੇ ਕੁਝ ਹੋਰ ਅੱਖਰ ਹਨ when अंकर comes in the last of the word we don't pronounce ਜਦੋਂ ਅੰਕੜ ਸ਼ਬਦ ਦੇ ਅਖੀਰਲੇ ਅੱਖਰ ਨਾਲ ਆਵੇ ਉਦੋਂ ਇਹਦਾ ਉਚਾਰਨ ਨਹੀਂ ਕਰਨਾ ਹੈ ਫਿਰ ਧਿਆਨ ਨਾਲ ਸੁਣੋ ਲਾਜਿਕ ਹੈ ਸਾਰੇ ਗੁਰਗੰ ਸਾਰੇ ਸ਼ਬਦਾਂ ਨਾਲ ਇਸਨੇ ਰੂਲ ਨੇ ਅਪਲਾਈ ਹੋਣਾ ਹੈ ਜਦੋਂ ਔਂਕੜ ਸ਼ਬਦ ਦੇ ਅਖੀਰ ਵਿੱਚ ਆਵੇ ਅਖੀਰਲੇ ਅੱਖਰ ਨਾਲ ਆਵੇ ਤਾਂ ਉਸ ਔਂਕੜ ਦਾ ਉਚਾਰਨ ਨਹੀਂ ਕਰਨਾ ਹੈ when the anchor come in the last of the word we don't pronounce a rule number 1 par je e onkal akhar de pehle dooje vichkar le alphabet nal aayega ta assi oda ucharan karna hai main kuj akhar aise likhe han pehla hun inna nu pyar nal suno pas ras ਰਿਜਕ ਜਨ ਨਾਨਕ ਸਤਗੁਰ ਭਗਤ ਜਨ ਤਪ ਤਤ ਕਰ ਰਾਖ ਤੂਪ ਥਾਲ ਇਹ ਤੋਖ ਦੋਖ ਦਾ ਹੁੰਦੇ ਕੋ ਸੁਖ ਦੇ ਅੰਦਰ ਸਸੇ ਨਵੇਂ ਔਕੜਾ ਖੱਕੇ ਨਵੇਂ ਔਕੜਾ ਸਸੇ ਵਾਲੀ ਅੰਕੜਾ ਅਸੀਂ ਪੜਾਂਗੇ ਤੂ ਖੱਖੇ ਵਾਲੇ ਉਹ ਅਖੀਲੇ ਅਕਰ ਨਾਲ ਨਹੀਂ ਪੜਾਂਗੇ ਸੁਖ ਦੁਖ ਦੋਨੋਂ ਕਰ ਇਸ ਤਰ੍ਹਾਂ ਹਾਂ ਦਾਸ ਸਦ ਹੁਕਮ ਹੁਣ ਦੇਖੋ ਹਾਏ ਨੋ ਮੀ ਔਕੜਾ ਉਹ ਅਸੀਂ ਪੜ ਰਹੇ ਹਾਂ ਮੰਮੇ ਨੂੰ ਔਕੜਾ ਉਹ ਨਹੀਂ ਪੜਨੀ ਹਾਂ ਹੁਕਮ ਕੇਵੜ ਮਿਲ ਰਸ ਮਸ ਕੂਰ ਮੁਖ ਹੁਣ ਮੰਮੇ ਨੂੰ ਵੀ ਔਕੜਾ ਖਖੇ ਨੀ ਔਕਰ ਹੈ ਮੰਮੇ ਵਾਲੀ ਔਕਰ ਪੜਾਂਗੇ ਖਖੇ ਵਾਲੀ ਨਹੀਂ ਪੜਨੀ ਹਾ ਨੀਰ ਤੱਤ ਨਰ ਵੇਸਾ ਪਾਤਸ਼ਾ ਸ ਜ ਉਹ ਇਹ ਔਕਰ ਜਿਹੜੇ ਤਿੰਨ ਅੱਖਰ ਇਹਦੀ ਨਹੀਂ ਪੜਨੀ ਹਾ ਜਦ ਕਿ ਆਮ ਸੰਗਤ ਹੀ ਨਹੀਂ ਸਾਡੇ ਵੱਡੇ ਤੋਂ ਵੱਡੇ ਪ੍ਰਚਾਰਕ ਜਿਹੜੇ ਦਰਬਾਰ ਸਾਹਿਬ ਦੇ ਹੈਡ ਕੰਪਨੀ ਨੇ ਉਹ ਵੀ ਇਹ ਗਲਤ ਪੜ ਰਹੇ ਨੇ ਹੁਣ ਅਗੋਂ ਤੋਂ ਦੇ ਦਰਬਾਰ ਸਾਹਿਬ ਦਾ ਕੀਰਤਨ ਸੁਣਦੇ ਆ ਉਹਨਾਂ ਧਿਆਨ ਨਾਲ ਸੁਣਿਓ ਜਦੋਂ ਹੁਕਮਨਾਮਾ ਲਿਆ ਜਾਂਦਾ ਹੈ ਤਾਂ ਹੁਕਮਨਾਮੇ ਤੋਂ ਪਹਿਲਾਂ ਇੱਕ ਮੰਗਲਾ ਚਰਨ ਸ਼ਬਦ ਪੜਿਆ ਜਾਂਦਾ ਸੱਜਣ ਸੱਚਾ ਪਾਤਸ਼ਾਹੋ ਸਿਰ ਪਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋ ਹੀਆ ਤਬਨਾ ਬਾਵੈ ਸਾਹੋ ਓ ਔ ਕਰਿਨਿ ਪਰਦੇ ਉਹ ਨਾਲ ਹੋੜਾ ਪੜੀ ਜਾ ਰਹੇ ਨੇ ਕਦੇ ਹੁਣ ਧਿਆਨ ਨਾਲ ਪੜਿਓ ਸੁਣਿਓ ਉਹਨਾਂ ਨੂੰ ਪਰ ਐਸ ਪਰ ਗ੍ਰਾਮਰ ਰੂਲ ਇਹ ਔਂਕਲ ਨਹੀਂ ਪੜੀ ਜਾਏਗੀ ਅਸੀਂ ਵੇਸਾ ਪੜਾਂਗੇ ਵੇਸਾ ਨਹੀਂ ਪੜਨਾ ਹੈ ਪਾ ਸਤਾ ਪੜਾਂਗੇ ਪਾ ਸਾਹੋ ਨਹੀਂ ਪੜਨਾ ਹੈ ਸਸੇ ਨੂੰ ਮੰਦੀ ਦਾ ਰੂਲ ਵੀ ਅਪਲਾਈ ਹੋਏਗਾ ਸਾਹੋ ਨਹੀਂ ਪੜਨਾ ਹੈ ਪਾ ਪੜਨਾ ਹੈ ਪਰ ਦੋ ਅੱਖਰਾਂ ਮੈਂ ਜਾਣ ਕੇ ਵਿੱਚ ਲਿਖੇ ਹਾਂ ਜਾਹੋ ਖਾਹੋ ਇਹ ਪੜਨੇ ਆ ਇਹਦਾ ਮੈਂ ਰੂਲ ਅੱਗੇ ਜਾ ਕੇ ਆਪੇ ਨੂੰ ਦੱਸਾਂਗਾ ਇਸ ਤਰ੍ਹਾਂ ਪਰਵਾ ਵਿਆ ਕੁਾਰ ਬੁਆਰ ਕਰਤਾਰ ਤੁਦ ਕੁਾਰ ਖਕੇ ਦਾ ਔਂਕਲ ਪੜਨਾ ਹੈ ਰਾਰੇ ਦਾ ਔਂਕਲ ਨਹੀਂ ਪੜਨਾ ਹੈ ਬੁਆਰ ਬੱਬੇ ਦਾ ਔਂਕਲ ਪੜਨਾ ਹੈ ਰਾਰੇ ਦਾ ਨਹੀਂ ਪੜਨਾ ਹੈ ਤਾਂ ਰੂਲ ਫਿਰ ਸਮਝ ਲਓ when the anchor comes in the last of the word we don't pronounce anchor ਜਦੋਂ ਔਂਕੜ ਸ਼ਬਦ ਦੇ ਅਖੀਰ ਵਿੱਚ ਆਵੇ ਅਸੀਂ ਉਹਦਾ ਉਚਾਰਨ ਨਹੀਂ ਕਰਨਾ ਹੈ ਹੁਣ ਅਖੀਰਲੀ ਪੰਕਤੀ ਅੰਦਰ ਔਂਕੜ ਜਾਂ ਤਾਂ ਪਹਿਲੇ ਅੱਖਰ ਨਾਲ ਹੋਏਗੀ ਜਾਂ ਦੂਜੇ ਅੱਖਰ ਨਾਲ ਜਾਂ ਵਿਚਕਾਰ ਹੋਏਗੀ ਉਹ ਪੜਾਂਗੇ ਅਖੀਲੇ ਅੱਖਰ ਨਾਲ ਆਲਵੀ ਨਹੀਂ ਪੜਾਂਗੇ ਕਰੋਣਾ ਕਰੋਣਾ ਕਰੋ ਰਾਰੇ ਦੀ ਔਂਕੜ ਬੋਲ ਨਹੀਂ ਆਤੋੜੀ ਤੇ ਕਰੋਣਾ ਪੱਤੇ ਦੀ ਔਂਕੜ ਬੋਲ ਨਹੀਂ ਹਾ ਪੁਰਖ ਰਾਰੇ ਦੀ ਔਂਕੜ ਬੋਲਾਂਗੇ ਕਰਤਾ ਵਿਸਵੇ ਪਸੂਆ ਕਰਤਾ ਜਗਤਾ ਸਰੂਆ ਇਸ ਤਰ੍ਹਾਂ ਦੇ ਨਾਲ ਇਹ ਵਕਤ ਵਕਤ ਅੱਖਰ ਮੈਂ ਬਾਤ ਕਰਕੇ ਗੁਰਬਾਣੀ ਵਿੱਚੋਂ ਲੈਣ ਦਾ ਦਰਤਨ ਕੀਤਾ ਹੈ ਤਾਂ ਇਸਾਂ ਇਹਨਾਂ ਕੁ ਅਕਰਾਂ ਦੇ ਆਪ ਦੀ ਨੂੰ ਪ੍ਰੈਕਟਿਸ ਕਰਨੀ ਪਵੇਗੀ ਬੜੇ ਧਿਆਨ ਨਾਲ ਇਹਨਾਂ ਨੂੰ ਪੜ੍ਹਨਾ ਪਵੇਗਾ ਤੇ ਸਮਝ ਆਵੇਗੀ ਇਹਦਾ ਅਗਲਾ ਲੋ ਵੈਨ ਅਨਕਲ ਇਜ਼ ਥੇਰ ਐਂਡ ਵੀ ਆਰ ਨਾਟ ਪ੍ਰੋਨਾਨਸਿੰਗ ਜਦੋਂ ਅਕਲ ਲੱਗੀ ਹੈ ਪਰ ਅਸੀਂ ਉਹਦਾ ਉਚਾਰਨ ਨਹੀਂ ਕਰ ਰਹੇ ਉਦਾ ਭਾਵ ਇਹ ਹੁੰਦਾ ਹੈ ਉਹ ਅਖਰ ਉਹ ਸ਼ਬਦ ਇੱਕ ਵਚਨ ਹੈ that word will be a singular word ਇੱਕ ਵਚਨ ਬਣ ਜਾਂਦਾ ਜੇ ਦਾ ਉਚਾਰਨ ਨਹੀਂ ਕਰਦੇ ਹਾ ਉਦੋਂ ਇਹਦਾ ਔਕਰ ਦਾ ਦੂਸਰਾ ਰੂਲ ਅਖਰ ਹਮ ਕਹੋ ਸੁਣੋ ਜਾਹੋ ਕਹੋ ਮਰੋ ਹਮਤੋ ਫਿਮਰੋ ਪਰੋ ਜਰੋ ਬਤਾਵੋ ਕਰਾਵੋ ਜਨਾਵੋ ਪਰੋ ਹਰੋ ਕਰੋ ਹੁਣ ਤੁਸੀਂ ਕਹੋਗੇ ਬਾਬਾ ਜੀ 1 ਮਿੰਟ ਪਹਿਲੇ ਕਿਹਾ ਕਿ ਔਂਕਰ ਬੋਲ ਨਹੀਂ ਨਹੀਂ ਹੁਣ ਤੁਸੀਂ ਆਪਰੇ ਹੀ ਜਾਂਦੇ ਹੋ ਬਿਲਕੁਲ ਠੀਕ ਪੜਿਆ ਹੈ ਇਹਦਾ ਰੋਲ ਨੰਬਰ 2 ਧਿਆਨ ਨਾਲ ਸੁਣਨਾ ਹੈ ਸਾਰੇ ਜਾਨੇ ਜਦੋਂ ਔਂਕਰ ਸ਼ਬਦ ਦੇ ਅਖੀਰ ਵਿੱਚ ਆਵੇ ਪਰ ਉਹ ਸ਼ਬਦ ਕਿਰਿਆ ਜਾਂ ਸੰਬੋਧਕ ਹੋਵੇ ਤਾਂ ਔਂਕਰ ਦਾ ਉਚਾਰਨ ਕਰਨਾ ਹੈ ਵੈਂਬਾ ਔਂਕਰ ਕਮਸ ਇਨ ਦਾ ਲਾਸਟ ਆਫ ਦਾ ਵਰਡ ਇਫ 댓 ਵਰਡ ਇਜ਼ ਅ ਵਰਬ অর ਦਾ ਐਡਰੈਸਿੰਗ ਪੋਜੀਸ਼ਨ ਤਾਂ ਅਸੀਂ ਉਹ ਔਂਕਰ ਪੜਾਂਗੇ ਇਹ ਧਿਆਨ ਦੇਣਾ ਹੈ ਸਿਰ ਦੇ ਆਵੇ ਪਰ ਉਹ ਅੱਖਰ ਜਾਂ ਸ਼ਬਦ ਕਿਰਿਆ ਹੋਵੇ ਵਰਬ ਹੋਵੇ ਜਾਂ ਸੰਬੋਧਕ ਹੋਵੇ ਐਡਰੈਸਿੰਗ ਪੋਜੀਸ਼ਨ ਹੋਵੇ ਤਾਂ ਅਸੀਂ ਇਸ ਅੰਕੜ ਦਾ ਉਚਾਰਨ ਕਰਾਂਗੇ ਹੁਣ ਇਹ ਅੱਖਰ ਫਾਰੇ ਦੇਖੋ ਮੇਰਾ ਖਿਆਲ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਤੇ ਪਤਾ ਹੋਏਗਾ ਕਿ ਕਿਰਿਆ ਜਾਂ ਵਰਬ ਕਿੰ ਨੂੰ ਕਹਿੰਦੇ ਹੈ ਬਟ ਇਨ ਸ਼ਾਰਟ ਆਈ ਵਿਲ ਐਕਸਪਲੇਨ ਕਿਰਿਆ ਤੋਂ ਪਾਵ ਹੁੰਦਾ ਕਰਨਾ ਜਿਸ ਅੱਖਰ ਵਿੱਚ ਕੋਈ ਕੋਈ ਕੰਮ ਹੋ ਰਿਹਾ ਹੋਵੇ ਕੋਈ ਐਕਸ਼ਨ ਹੋ ਰਿਹਾ ਹੋਵੇ ਕੋਈ ਐਕਟੀਵਿਟੀ ਲੱਗਦੀ ਹੋਵੇ ਉਹਨੂੰ ਕਿਰਿਆ ਕਿਹਾ ਜਾਂਦਾ ਹੁਣ ਇੱਥੇ ਨੋਟ ਕਰੋ ਜਿੰਨੇ ਅੱਖਰ ਆਪ ਇਹਦੇ ਸ਼ਬਦ ਨੇ ਇਹ ਸਾਰੇ ਕਿਰਿਆਵਾਂ ਨੇ ਵਰਬ ਨੇ ਆਪ ਤੇ ਅਨਲ ਪੜੋ ਜੇ ਇਹਦੇ ਵਿੱਚੋਂ ਆਪ ਜੀ ਨੂੰ ਲੱਗਦਾ ਹੈ ਕਿ ਕੋਈ ਕਿਰਿਆ ਨਹੀਂ ਹੈ ਤਾਂ ਹੈਂਡ ਜਿਹੜਾ ਹੈ ਰੇਜ਼ ਯੋਰ ਹੈਂਡ ਐਂਡ ਆਸਕ ਮੀ ਇਮੀਡੀਏਟ ਰੀਡ ਆਲ ਆਫ ਯੂ ਸੁਣੋ ਜਾ ਮਰੋ ਸੁਣ ਤੋ ਸੁਮਰੋ ਕਰੋ ਚਰੋ ਰਕੋ ਰਕੋ ਲਾਈਕ ਇੱਕ ਅੱਖਰ ਇਹਦੇ ਵਿੱਚ ਕਿਰਿਆ ਨਹੀਂ ਹਾ ਕਿਹੜਾ ਨਹੀਂ ਹਾ ਕੈਨ ਯੂ ਟੈਲ ਮੀ ਐਨੀ ਵਨ ਸੰਤੋ ਸੰਤੋ ਬਿਲਕੁਲ ਠੀਕਾ ਪੰਤੋ ਕਿਰਿਆ ਨਹੀਂ ਹਾ ਪਰ ਇਹ ਐਡレッਸਿੰਗ ਪੋਜੀਸ਼ਨ ਹੈ ਇਸ ਕਰਕੇ ਅਸੀਂ ਇਹਦਾ ਹੋਂਕੜ ਪੜਾਂਗੇ ਉਹ ਮੈਂ ਵਾਪਸ ਜਾਂਦਾ ਹਾਂ ਇਹ ਜਿਹੜੇ ਸਾਰੇ ਅੱਖਰ ਹੈ ਇਹਨਾਂ ਵਿੱਚ ਤੁਹਾਨੂੰ ਕਿਰਿਆਕਾਰੀ ਕਿਹਦੀ ਨਜ਼ਰ ਆਉਂਦੀ ਹੈ ਕੋਈ ਨਜ਼ਰ ਆਉਂਦੀ ਹੈ ਕਿਰਿਆ या। गौर्वार। गौर्वार। दो अखर क्रिया वाले जाओ खाओ बाकी सारे बिना क्रिया तो हन। नाउन हन। ਅਏ ਦੋ ਸਟੰਡ ਇਹ ਨਾਲ ਆਦਿ ਨੇ ਹੌਲੀ ਹੌਲੀ ਪੱਕੇ ਕਰਨੇ ਹਨ ਫਿਰ ਅੱਖਰ ਮੈਂ ਟਿੱਪੀ ਵਾਲੇ ਲਿਖੇ ਹਾਂ ਇਹ ਥੋੜਾ ਔਖਾ ਲੈਸਨ ਹੈ ਇੱਕ ਵਾਰੀ ਆਪ ਜੀ ਨੂੰ ਸਮਝ ਨਹੀਂ ਆਵੇਗਾ ਪਰ ਜਿਹੜੇ ਪੜ੍ਹ ਕਰਦੇ ਨੇ ਉਹਨਾਂ ਬਾਅਦ ਤੇ ਇਮੀਡੀਏਟ ਲੈਸਨ ਹੈ ਤਾਂ ਕਿ ਉਹ ਇਹਦਾ ਉਚਾਰਨ ਸਹੀ ਕਰ ਸਕਣ ਤੇ ਟਿੱਪੀ ਹੈ ਬਹੁਤ ਕਰਕੇ ਇਹਦਾ ਉਚਾਰਨ ਅੰਗ ਐਨ ਜੀ ਮੈਂ ਲਿਖਿਆ ਅੰਗ ਨਾਲ ਹੋਏਗਾ ਖਾਸ ਕਰ ਜਦੋਂ ਇਹ ਸ਼ਬਦ ਦੇ ਅਖੀਰ ਵਿੱਚ ਹੋਵੇ ਪਰ ਜੇ ਵਿਚਕਾਰ ਹੋਏਗੀ ਤਾਂ ਪਹਿਲਾ ਹੋਏਗੀ ਤਾਂ ਉਹਦਾ ਉਚਾਰਨ ਥੋੜਾ ਜਿਆ ਮੈਂ ਆਪ ਨੂੰ ਸ਼ਾਰਟ ਦੇ ਦੇ ਦੱਸ ਦਿੰਦਾ ਹਾਂ ਜੇ ਨਾ ਪਹਿਲਾ ਅੱਖਰ ਹੈ ਮੰਮੇ ਉੱਪਰ ਟਿੱਪੀ ਹੈ ਪੱਪਾ ਰਾਰਾ ਨਾਣਾ ਹਾ ਮੰਤਰ ਮੰਪਣਾ ਪ ਅ ਜੇ ਟਿੱਪੀ ਹੈ ਇੱਕ ਲਾਈਨ ਆਉਂਦੀ ਹੈ ਨਾ ਤੱਤਾ ਥੱਫਾ ਦੱਦਾ ਤੱਤਾ ਨੱਨਾ ਜੇ ਇਹਨਾਂ ਵਿੱਚੋਂ ਕੋਈ ਅੱਖਰ ਹੋਏਗਾ ਤਾਂ ਉਸ ਟਿੱਪੀ ਦੀ ਜਿਹੜੀ ਟੋਨ ਹੈ ਉਹ ਨੱਨਾ ਬਣ ਜਾਂਦਾ ਕਿ ਮੰਤਰ ਮੰਨਦੇ ਤਵਾਂ ਨੱਨੇ ਦੀ ਟੋਨ ਆਣੀ ਚਾਹੀਦੀਆ ਮੰ ਤੜਣਾ ਤਰਣਾ ਇਸੇ ਤਰ੍ਹਾਂ ਹੈ ਚਰਣਾਰ ਬਿੰਦ ਬਿੰਦ ਗੋਬਿੰਦ ਗੋਬਿੰਦ ਸੁਮੰਤ ਸੁਮੰਤ ਸੁੰਦਰ ਮੰਦਰ ਹੋਵੰਤੋ ਅੱਗੇ ਕੁਝ ਅੱਖਰ ਹਨ ਮਰਣੰ ਬਿਸਰਣੰ ਇੱਥੇ ਅੰਗ ਦੇ ਟੋਨ ਆਏਗੀ ਪਯੰਗੰ ਮੰਤਰੰ ਨਿਵਾਰੰ ਅੱਛਾ ਇਹ ਥੋੜੇ ਦੇ ਟੌਪ ਹੈ ਇਕ ਵਾਰ ਇਹ ਕਈਆਂ ਨੂੰ ਅਜੇ ਜਿਹੜੇ ਨਵੇਂ ਬੱਚੇ ਹੈ ਉਹਨਾਂ ਨੂੰ ਸਮਝ ਨਹੀਂ ਆਏਗਾ ਪਰ ਹੌਲੀ ਹੌਲੀ ਮੈਂ ਇਹਨੂੰ baar baar ਹਰ ਵਾਰੀ ਆਪੀਆਂ ਨਾਲ ਥੋੜੇ ਅੱਖਰ ਰਿਪੀਟ ਕਰਾਂਗਾ ਪਹਿਰ ਵੀ ਜਿਹੜੇ ਅੱਖਰ ਜਿਹੜੇ ਪੜ੍ਹ ਕਰਦੇ ਹੈ ਅੱਜ ਪੜ੍ਹ ਜੇ ਉਹਨਾਂ ਨੂੰ ਇਹ ਕੋਈ ਦਿੱਕਤ ਆਵੇ ਤਾਂ ਉਹ ਅੱਖਰ ਲਿਖ ਕੇ ਮੈਨੂੰ ਪੇਜ ਸਕਦੇ ਹਨ ਤਾਂ ਕਿ ਅਗਲੀ ਵਾਰੀ ਨਾਲ ਉਹਨਾਂ ਦਾ ਉਚਾਰਨ ਆਪਰੇ ਨਾਲ ਸੰਧਿਆ ਕਰ ਸਕਾਂਗਾ ਇਸ ਨੂੰ ਦੇਖੋ ਕੁਸੰਬ ਹੁਣ ਇਹ ਤ੍ਰਿਪੀ ਬੱਬੇ ਦੇ ਨਾਲ ਉੱਪਰ ਆ ਰਹੀ ਹੈ ਬੱਬੇ ਤੋਂ ਪਹਿਲਾਂ ਤਾਂ ਇਹ ਦੇਖੋ ਪਪਾ ਸਫਾ ਬੱਬਾ ਪਪਾ ਮੰਮਾ ਇਹਨਾਂ ਅੱਖਰਾਂ ਨਾਲ ਜੇ ਤ੍ਰਿਪੀ ਆਉਂਦੀ ਹੈ ਤਾਂ ਉਹਦੀ ਟੋਨ ਐਮ ਮੰਮੇ ਨਾਲ ਬਣੇਗੀ ਕੁਸੰਬ ਪਰ ਸਾਰੀ ਜਗ੍ਹਾ ਇਹ ਰੂਲ ਅਪਲਾਈ ਨਹੀਂ ਹੋਣਗੇ ਕਿਤੇ ਆਪਸ਼ਨ ਹੁੰਦੀਆਂ ਨੇ ਪਰ ਥੋੜਾ ਜਿਆ ਮੈਂ ਤੁਹਾਨੂੰ ਨੇੜੇ ਕਰਨਾ ਚਾਹੁੰਦਾ ਹਾਂ ਲਭੰਤੰ ਤੇ ਤੱਪੇ ਵਾਲੀ ਟਿੱਪੀ ਆ ਉਹ ਅੰਗ ਨਾਲ ਬੋਲੀ ਜਾਏਗੀ ਕਿਉਂਕਿ ਲਾਤ ਵਿੱਚ ਆ ਰਹੀ ਆ ਪੱਬੇ ਵਾਲੀ ਟਿੱਪੀ ਮੰਮੇ ਨਾਲ ਆਏਗੀ ਦਭੰਤੰ ਰੰਗੇਣ ਸੁਕੇ ਹੁਣ ਇਹ ਗੱਗੇ ਨਾਲ ਟਿੱਪੀ ਲੱਗ ਰਹੀ ਆ ਰੰਗਡੂ ਏੰਗੰਗੇ ਵਾਲੀ ਟੋਨ ਆਏਗੀ ਸੰਗੇਨ ਫਾਏਨਾ ਅਖਰਾਂ ਦਾ ਆਪਦੀ ਨੇ ਧਿਆਨ ਨਾਲ ਪਾਠ ਕਰਨਾ ਹੈ ਕਿਤੇ ਵੀ ਦਿੱਕਤ ਆਵੇ ਤਾਂ ਆਪਦੀ ਮੈਨੂੰ ਲਿਖ ਕੇ ਦੇਖ ਸਕਦੇ ਹੋ ਕੁਝ ਵਰਡ ਹੋਰ ਹਨ ਜਿਹੜੇ ਆਪ ਮੈਂ ਉਚਾਰਨ ਕਰਦਾ ਹਾਂ ਧਿਆਨ ਨਾਲ ਸੁਣਨਾ ਹੈ ਸੁਮਿੱਤੋ ਬਿਦਾਰਨ ਕਦੇ ਨ ਤਿਤੋ ਜੰਕਾ ਅਸਰ ਤੋਲ ਅਨਿਤੋ ਸੋਇ ਨਾਨਕ ਸਖਾ ਜੀ ਸੰਕਿਤ ਤੋਂ ਉਹਨੂੰ ਸੋਇ ਨੂੰ ਦੋ ਮਾਤਰਾਵਾਂ ਲੱਗੀਆਂ ਨੇ ਗੁਰਬਾਣੀ ਅੰਦਰ ਫੜੇ ਜੇ ਅੱਖਰ ਆਪਦੀ ਨੂੰ ਇਹ ਮਿਲਣਗੇ ਜਿਨ੍ਹਾਂ ਅੱਖਰਾਂ ਦੇ ਉੱਪਰ ਤੇ ਥੱਲੇ ਦੋਨੋਂ ਜਗ੍ਹਾ ਮਾਤਰਾ ਲੱਗੀ ਹੋएगी ਵਾਵਲਸ ਹੋਏਗੀ ਪਰ ਜਿਹੜੀ ਉਚਾਰਣ ਹੈ ਉਹ origignal ਜਿਹੜਾ ਹੈ ਉਹ ਪਾਠ ਕਰਨਾ ਹੈ ਤੋਈ ਜੇ ਐਕਸਟਰਾ ਵਾਵਲ ਹੈ ਉਹ ਕਪਤਾ ਦੇ ਰੂਲ ਅਨਸਾਰ ਜਿਹੜਾ ਤੋਲ ਹੈ ਮਾਪ ਹੈ ਛੰਦਾਂਬੰਦੀ ਦੇ ਰੂਲ ਮੁਤਾਬਿਕ ਉਹ ਇੱਕ ਮਾਤਰਾ ਵਧ ਦਾ ਕਈ ਵਾਰੀ ਕਾਟ ਲਈ ਲਾਈ ਜਾਂਦੀ ਹੈ ਉਹ ਤੋਲ ਨੂੰ ਪੂਰਾ ਕਰਨ ਵਾਤੇ ਹੁੰਦੀ ਹੈ ਤਾਂ ਇਹ ਸਿਰਫ ਮੈਂ ਸ਼ਾਰਟੇਜ ਆਪ ਜੀ ਨੂੰ ਅਵੇਅਰ ਕੀਤਾ ਹੈ ਕਿ ਇਹ ਵੀ ਇੱਕ ਦੂੰਗਾ ਅਵਿਸ਼ਾ ਹੈ ਜਿਹੜਾ ਸਮੇਂ ਦੇ ਨਾਲ ਆਪ ਨੂੰ ਸਮਝ ਆਵੇਗਾ ਤਾਂ ਅਸੀਂ ਅੱਜ ਇਹ ਜੋ ਲੈਸਨ ਹਮ ਉਹ ਪੜਨ ਦਾ ਯਤਨ ਕੀਤਾ ਹੈ ਤਾਂ ਆਓ ਆਪ ਇਸ ਨੂੰ ਅਸੀਂ ਸਮਾਪਤ ਕਰਾਂਗੇ ਤੇ ਇਸ ਤੋਂ ਬਾਅਦ ਆਪ ਜੀ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਆਪ ਜੀ ਪੁੱਛ ਸਕਦੇ ਹੋ ਕਿ ਇਹਨਾਂ ਵਿਚਾਰਾਂ ਦੇ ਅਖਰ ਬੋਲਦੇ ਆ ਕਰਦੇ ਆ ਉਹੀ ਆ ਪੁੱਲਾਂ ਦੇਖਿਮਾ ਪਤੇ ਦੀ ਸਾਨ ਕਰੋ ਵਾਹ ਰੁਜੀ ਕਾ ਖਲਸਾ ਵਾਹ ਰੁਜੀ ਕੀ ਪਪੇ ਐਨੀ ਕੁਐਸਚਨ ਯੂ ਹੈ ਯੂ ਮੇ ਆਤ ਮਾ ਸੋ ਇਟੋ ਬੇਟ ਹਾਂਜੀ ਤਨਜੀਤ ਪਰਮਜੀਤ ਕੌਰ ਜੀ ਹਾਂ ਜੀ ਜੀ ਬਹੁਤ ਖਾਸ ਸਵਾਗਤ ਹੋਇਆ ਤੁਹਾਡਾ ਜੀ ਕੀ ਪਤੇ ਹਾਂ ਹਾਂਜੀ ਵੀਰ ਜੀ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਬੜੇ ਹੀ ਤੁਸੀਂ ਸੁਚੱਜੇ ਤਰੀਕੇ ਨਾਲ ਸਮਝਾਇਆ ਹੈ ਕਿ ਮੈਂ ਕੋਸ਼ਿਸ਼ ਵੀ ਕਰਾਂਗੀ ਵੱਧ ਤੋਂ ਵੱਧ ਸੰਗਤ ਜਿਹੜੀ ਇਹਦਾ ਫਾਇਦਾ ਉਠਾ ਸਕੇ ਔਰ ਦੂਸਰੀ ਗੱਲ ਇਹ ਕਿ ਤੁਸੀਂ ਜਿਹੜੀ ਐਪ ਨੇ ਕਰਦੇ ਹੋ ਬਣਾਉਂਦੇ ਹੋ ਜੋ ਵੀ ਪੈਸਾ ਵੀ ਰਿਕਾਰਡਿੰਗ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਕਿਉਂਕਿ ਥੋੜਾ ਇਹਨੂੰ ਇੰਪਰੂਵ ਕਰਕੇ ਭੇਜੀ ਕਰੋ ਠੀਕ ਹੈ ਜੀ ਨਾ ਵਿੱਚ ਨੂੰ ਥੋੜਾ ਥੋੜਾ ਉਹ ਉਹਦੇ ਵਿੱਚ ਨਾ ਉਹ ਜਿਹੜੀ ਰਿਕਾਰਡਿੰਗ ਭੇਜਦੇ ਹੈ ਕਈ ਵਾਰੀ ਉਹ ਉਹਦੇ ਵਿੱਚ ਆਪਣੀ ਇੰਗਲਿਸ਼ ਟ੍ਰਾਂਸਲੇਸ਼ਨ ਐਡ ਕਰ ਲੈਂਦੇ ਹੈ ਪਰ ਉਹਦੇ ਨਾਲ ਨਾਲ ਮੇਰੀ ਜਿਹੜੀ ਹੈ ਪੰਜਾਬੀ ਦੀ ਇਸੇ ਤਰ੍ਹਾਂ ਦੀ ਰਿਕਾਰਡਿੰਗ ਹੁੰਦੀ ਹੈ ਦੋਨੋਂ ਹੁੰਦੀਆਂ ਨੇ ਤਾਂ ਉਹ ਧਿਆਨ ਨਾਲ ਉਹ ਆਪ ਵੀ ਦੇਖ ਸਕਦੇ ਹੋ ਉਹ ਥੋੜਾ ਜਿਹਾ ਫਿਰ ਹਾਂ ਜੀ ਟਾਈਮ ਬਹੁਤ ਟਾਈਮ ਕੰਜ਼ੂਮ ਕਰਕੇ ਅੱਛੀ ਚੀਜ਼ ਮਿਲ ਰਹੀ ਹੈ ਮੈਂ ਤਨੂ ਪਤਾ ਹੈ ਇੰਗਲਿਸ਼ ਦੀ ਐਮਏ ਵੀ ਹੈਗੀਆਂ ਤੇ ਇੰਗਲਿਸ਼ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਬਟ ਫਿਰ ਬੋਰਿੰਗ ਬੋਰਿੰਗ ਨਹੀਂ ਹੋਣਾ ਚਾਹੀਦਾ ਹੈਨਾ ਤੁਸੀਂ ਇਹਦੇ ਬਜੇ ਤਰੀਕੇ ਨਾਲ ਦੱਸ ਦੱਸ ਰਹੇ ਹੋ ਫਿਰ ਲੰਬਾ ਹੋ ਜਾਂਦਾ ਨਾ ਜਿਆਦਾ ਤੇ ਦੂਸਰਾ ਇਹ ਵੀ ਜੀ ਤੁਸੀਂ ਇਹ ਕਿੱਥੇ ਪਾਓਗੇ ਤੇ ਕਦੋਂ ਗਰੁੱਪ ਵਿੱਚ ਪਾ ਦਿਓ ਨਾ ਇਹ ਜਿਹੜੀ ਬਣਾਉਂਦੇ ਹੋ ਵੀਡੀਓ ਓਕੇ ਜੀ ਮੈਂ ਗਰੁੱਪ ਵਿੱਚ ਪਾ ਦਿਆਂਗਾ ਅ ਜੀ ਤਾਂ ਡੀ ਸਬਸਕ੍ਰਾਈਬਰ ਵੀ ਵਧੇ ਹੋਣੇ ਹੁਣ ਦੇਖਣਾ ਤੁਸੀਂ ਮੈਂ 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 ਵੀ ਦਿੱਤਾ ਮੈਂ ਪਾ ਦੇਣਾ ਹਾਂ ਕਿਤਾ ਹਾਂਜੀ ਟੈਲੀਗ੍ਰਾਮ ਤੇ ਵੀ ਪਾ ਦੇਣਾ ਹਾਂ ਦੋਨੋਂ ਜਗ੍ਹਾ ਤੇ ਪਾ ਦੇਣਾ YouTube YouTube ਤੇ ਪਾਓ ਮੈਂ ਮੈਂ ਵੀ ਸਬਸਕ੍ਰਾਈਬ ਕੀਤਾ ਤੇ ਹੋਰਾਂ ਨੂੰ ਵੀ ਕਿਹਾ ਮੈਂ ਕਿ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰੋ ਅੱਗੇ ਤੇ ਫਿਰ ਮੈਂ ਥੋੜਾ ਸਾਰੇ ਭੈਣਾਂ ਨਾਲ ਇਹ ਮਿਲ ਕਰਕੇ ਤੇ ਆਪਾਂ ਇੱਕ ਜਿਹੜੇ ਪੰਜਾਬੀ ਨੂੰ ਉਹਨਾਂ ਨੂੰ ਤੇ ਪੰਜਾਬੀ ਆਂਦੀ ਆਲਰੇਡੀ ਬੇਸਿਕ ਪੰਜਾਬੀ ਉਹਨਾਂ ਨੂੰ ਉਸੇ ਹਿਸਾਬ ਨਾਲ ਹਨ ਤੁਸੀਂ ਲਿੰਗਵਲ ਟਾਈਮ ਜਿਹੜਾ ਥੋੜਾ ਜ਼ਿਆਦਾ ਹੋ ਜਾਂਦਾ ਸਾਟਾ ਫਿਰ ਉਹ ਬੰਨਣਾ ਥੋੜਾ ਉਹ ਥੋੜਾ ਜਿਹਾ ਲੱਗਦਾ ਅਧੇ ਘੰਟੇ ਦੀ ਜਿਸ ਤਰ੍ਹਾਂ ਕਲਾਸ ਹੋਏ दैट विल बी ਫਾਈਨ ਉਹ ਉਹ ਦੇਖੋ ਮੈਂ ਅਲੱਗ ਉਹ ਪ੍ਰੋਜੈਕਟ ਹੈਗਾ ਮੇਰਾ ਮੈਂ 10-10 ਮਿੰਟੀਆਂ ਵੀਡੀਓਜ਼ ਬਣਾਵਾਂਗਾ ਉਹਦੇ ਚ ਇੱਕ ਪੁਆਇੰਟ ਨੂੰ 4-5 ਅਲੱਗ-ਅਲੱਗ ਵੀਡੀਓਜ਼ ਬਣਾਵਾਂਗਾ 10-10 ਮਿੰਟੀਆਂ ਤਾਂ ਕਿ ਸਾਰਾ ਪੂਰਾ ਕਵਰ ਵੀ ਹੋ ਜਾਵੇ ਤੇ ਇੱਕ ਟਾਈਮ ਦੇ 10 ਮਿੰਟ ਤੋਂ ਵੱਧ ਨਾ ਹੋਵੇ ਉਹ ਮੇਰੇ ਪ੍ਰੋਜੈਕਟ ਵਿੱਚ ਆ ਆ ਵੀਲ ਡੂ ਦਾ ਹਾਂਜੀ ਜਿੱਦ ਤਰ੍ਹਾਂ ਜਪਜੀਤ ਸਾਹਿਬ ਲੈ ਲਓ ਤੇ ਆਪਾਂ ਦੋ ਦੋ ਪੌੜੀਆਂ ਇਹ ਦੋ ਦੋ ਪੌੜੀਆਂ ਕਰਕੇ 20 ਪਾ ਸਕਦੇ ਆ ਜਾਂ ਇੱਕ ਪੌੜੀ ਨੂੰ ਤੁਸੀਂ ਟਾਈਮ ਜਿੰਨਾ ਮਰਜੀ ਲੱਗੇ ਕੋਈ ਗੱਲ ਨਹੀਂ ਬਸ ਅੰਡਰਸਟੈਂਡਿੰਗ ਅੱਛੀ ਤਰ੍ਹਾਂ ਬਣਨੀ ਚਾਹੀਦੀ ਹੈ ਹੈਨਾ ਦੇਖੋ ਜਿਹੜਾ ਤੇ ਉਚਾਰਨ ਹੈ ਜੀ ਜੀ ਬੰਦ ਉਚਾਰਨ ਹੈ ਨਾ ਜਿਹੜਾ ਉਚਾਰਨ ਉਹ ਤਾਂ ਮੈਂ ਇੱਕ ਵੇਲੇ ਚਾਰ ਪੰਜ ਪੌੜੀਆਂ ਦਾ ਰੱਖਾਂਗਾ ਬੰਦੇ ਦਾ ਨੀਮਿੰਗ ਮੀਨਿੰਗ ਵਾਲਾ ਹੈ ਉਹ ਤਾਂ ਜਿਹੜਾ ਮੇਰਾ ਮੰਗਲਾ ਕਰਨਾ ਉਹੀ ਦੋ ਟਾਈਕਨ ਤੇ ਦਾ ਹੈਗਾ ਮੰਗਲਾ ਚਰਨ ਇੱਕ ਉਹ ਮੈਂ ਤੁਹਾਡੀ ਕਥਾ ਸੁਣੀ ਮੈਨੂੰ ਬਹੁਤ ਬਹੁਤ ਵਧੀਆ ਲੱਗਾ ਨਹੀਂ ਨਹੀਂ ਮੈਂ ਕਹਿਣਾ ਕੀ ਚਾਰ ਇਸੀ ਤੁਹਾਨੂੰ ਕੀ ਅੰਡਰਸਟੈਂਡਿੰਗ ਹੈ ਸੰਗਤ ਨੂੰ ਬਟ ਉਚਾਰਨ ਦੀ ਵਜ੍ਹਾ ਨਾਲ ਉਚਾਰਨ ਦੀ ਵਜ੍ਹਾ ਨਾਲ ਸੰਗਤ ਹੈਜ਼ਿਟੇਟ ਕਰਦੀ ਹੈ ਹੈਜ਼ਿਟੇਟ ਕਿ ਮੈਂ ਠੀਕ ਬੋਲ ਰਿਹਾ ਤ ਨਹੀਂ ਬੋਲ ਰਿਹਾ ਕਿਉਂਕਿ ਮੈਂ ਜਦੋਂ ਮਿਲਦੀ ਆ ਸੰਗਤ ਹਾਂਜੀ ਬਿਲਕੁਲ ਠੀਕ ਆ ਤੁਸਾਂ ਕਾਟੋਗੇ ਫਿਰ ਕਹਿ ਵੀ ਦਿੰਦੇ ਆ ਨਾ ਗਲਤੀ ਗਈ ਗਲਤ ਵਾਲੇ ਉਹਨੂੰ ਹੀ ਗਲਤ ਕਹਿ ਦਿੰਦੇ ਆ ਸਹੀ ਨੂੰ ਗਲਤ ਕਹੀ ਜਾਂਦੇ ਆ ਜਿਹਦਾ ਚੈ ਸੋ ਚੈ ਦਾ ਉਹ ਸੋਚੇ ਮਤਲਬ ਇਸ ਤਰ੍ਹਾਂ ਬੋਲਦੇ ਆ ਤੇ ਇੱਕ ਲਾਵਾ ਤੇ ਦੁਲਾਵਾ ਦੇ ਉੱਤੇ ਸਪੈਸ਼ਲ ਤੁਸੀਂ ਬਣਾਓ 10 ਮਿੰਟ ਜਾਂ 15 ਮੈਂ ਅੱਧਾ ਘੰਟਾ ਮੈਂ ਕਿਸ ਟਾਈਮ ਬੁਲਾ ਕੇ ਗਰੁੱਪ ਵਿੱਚ ਪਾ ਦੇਵਾਂਗਾ ਜੀ ਦੁਲਾਵਾ ਦੇ ਉੱਤੇ ਜ਼ਰੂਰ ਬਣਾਓ ਇਹ ਬਹੁਤ ਵੱਡੀ ਮਿਸਟੇਕ ਹੋ ਰਹੀ ਹੈ ਪੰਜਾਬ ਦੇ ਵਿੱਚ ਠੀਕ ਹੈ ਜੀ ਮੈਂ ਉਹ ਬਣਾ ਦੇਵਾਂਗਾ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਧੰਨਵਾਦ ਐਨੀਵਨ ਆਲ ਕੋਈ ਸਵਾਲ ਹੋਵੇ ਤਾਂ ਆਪ ਕਰ ਲਓ ਤੇ ਨਹੀਂ ਤੇ ਅਸੀਂ ਯੂ ਐਸਏ ਕੈਨੇਡਾ ਜੋ ਹੈ ਉਹ ਬੁੱਧਵਾਰ ਰਾਤ ਨੂੰ ਇਸੇ ਟਾਈਮ ਤੇ ਇੰਡੀਆ ਦੇ ਅੰਦਰ ਤੇ ਆਸਟ੍ਰੇਲੀਆ ਦੇ ਅੰਦਰ ਜੋ ਹੈ ਉਹ ਵੀਰਵਾਰ ਨੂੰ ਸਵੇਰੇ ਜੋ ਹੈ ਉਹ ਆਪ ਜੀ ਨਾਲ ਹਾਜ਼ਰ ਹੋਵਾਂਗੇ ਫਿਰ ਇਸ ਬਾਤ ਨੂੰ ਸਮਾਪਤ ਕਰ ਦੋ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਆਖਾਂ ਤੇ ਹੋਈਆਂ ਪੁਲਰੀ ਖਿਮਾ ਚਾਹੁੰਦਾ ਹਾਂ ਤੇ ਇਸੇ ਤਰ੍ਹਾਂ ਕੋਈ ਸਵਾਲ ਹੋਵੇ ਲਾਕ ਐਨੀਵਨ you can also otherwise we are going to finish this plot pad dees van karo wah ji ka khalsa wah ji ki patangi pade